रात बटाला के पिंड दहिया के कुछ अण पछातिया के वलों साबका सरपंच का गोलियां मार के कतल कर दिया गया, जिस तो बाद मृतक के पुत्र ने रोंदते हुए दसिया कि साडा ना तो किसी के नाल कोई लड़ाई झगड़ा है, ना ही किसी के नाल कोई पुरानी रंजिश है, पर फिर भी उसके पिता का इस तरह कतल कर दिया गया। ये पता नहीं अभी तो घर बैठे हरमान दहिया पिंड साडा वो आए उन्होंने घर आके तो बड़का ही मन डे बाहर निकलो बाहर निकलो उ एक ਉਹਨੂੰ ਭਿੰਦਾ ਭਿੰਦਾ ਕਹਿੰਦੇ ਮੁੰਡੇ ਨੂੰ ਵਡਾਲੀਆਂ ਦੇ ਮੁੰਡੇ ਆ ਭੰਬਈ ਤੋਂ ਅਤੇ ਇੱਕ ਮੇਜਰ ਸੀ ਮੇਜਰ ਦਾ ਮੁੰਡਾ ਸੀ ਬੱਗਾ ਸੀ ਉਹਨਾਂ ਦਾ ਇੱਕ ਸਾਡੇ ਪਿੰਡ ਦਾ ਮੁੰਡਾ ਸੀ ਜਤਿੰਦਰ ਉਹਦਾ ਡੈਡੀ ਸੀ ਨਾਲ ਅਤੇ ਇਹਨਾਂ ਨੇ ਆਣ ਕੇ ਕੀਤਾ ਨਾਲ ਦੋ ਤਿੰਨ ਮੁੰਡੇ ਹੋਰ ਇਹਨਾਂ ਦੀ ਮੈਨੂੰ ਪਛਾਣ ਨਹੀਂ ਹੈਗੀ ਉਹਨਾਂ ਨੇ ਆਣ ਕੇ ਸਿੱਧੀ ਫਾਇਰਿੰਗ ਕਰਤੀ ਆਣ ਕੇ ਕਿੱਥੇ ਸਾਡੇ ਘਰ ਲੱਗੇ ਆਣ ਕੇ ਘਰ ਦੀ ਬੈਕ ਸਾਈਡ 'ਤੇ ਆਣ ਕੇ ਉੱਥੇ ਆਣ ਕੇ ਨਾ ਬੈਗ ਡੈਡੀ ਦੇ ਪਿਛਲੇ ਬੰਨੇ ਸੌਂਦੇ ਆ ਕਮਰਾ ਉੱਧਰ ਡੈਡੀ ਬਾਹਰ ਨਿਕਲੇ ਡੈਡੀ ਦੇ ਇੱਥੇ ਵੱਜ ਗਈ ਗੋਲੀ ਅਤੇ ਉਹ ਅਸੀਂ ਡੈਡੀ ਨੂੰ ਲੈ ਕੇ ਇੱਧਰ ਭੱਜ ਆਏ ਉਹ ਗੱਡੀ ਲੈ ਕੇ ਨਿਕਲ ਕੇ ਬਾਅਦ ਸਾਨੂੰ ਤਾਂ ਪਤਾ ਹੀ ਨਹੀਂ ਕੋਈ ਗੱਲ ਦਾ ਝਗੜਾ ਹੋਇਆ ਕੀ ਆ ਇਹ ਗੱਲ ਦਾ ਪਤਾ ਹੀ ਨਹੀਂ ਸਾਨੂੰ ਉਹਨਾਂ ਨਾਲ ਤਾਂ ਪਹਿਲਾਂ ਚੰਗਾ ਭਲਾ ਘੁੰਮ ਬੋਲਣਾ ਸੀ ਪਤਾ ਨਹੀਂ ਕਿਉਂ ਕੀ ਸਾਨੂੰ ਅਤੇ ਆਪ ਨਹੀਂ ਪਤਾ ਕਿਹੜੀ ਗੱਲ ਦਾ ਝਗੜਾ ਹੈ ਕੋਈ ਜਿਹਨਾਂ ਨੂੰ ਕਿਸੇ ਨੂੰ ਪੁੱਛ ਲਓ ਲੱਗੇ ਅਤੇ ਜੇ ਕਿਤੇ ਅਸੀਂ ਕਿਸੇ ਨਾਲ ਲੜੇ ਹੋਈਏ ਸਬਰ ਸੰਮਤੀ ਕੀਤੀ ਡੈਡੀ ਨੇ ਤਿੰਨ ਚਾਰ ਵਾਰੀ ਬਣੇ ਆ ਅਤੇ ਕੋਈ ਗੱਲ ਹੀ ਨਹੀਂ ਇਹੋ ਜਿਹੀ ਕੋਈ ਸਾਡੀ ਕਿਸੇ ਨਾਲ ਰੰਜਿਸ਼ ਹੈ ਨਹੀਂ ਕਿਸੇ ਨਾਲ ਵੀ ਹਾਂਜੀ ਹੁਣ ਸਾਬਕਾ ਸਰਪੰਚ ਸੀ ਹਾਂਜੀ ਕਿੰਨੇ ਕੁ ਜਾਣੇ ਆਏ ਸੀਗੇ ਕੀ ਕੀ ਹਥਿਆਰ ਸੀ ਉਹਨਾਂ ਕੋਲ ਹਥਿਆਰ ਤਾਂ ਹੁਣ ਵੇਖੋ ਵੀ ਪਤਾ ਲੱਗਦਾ ਹੈ ਸਾਰੇ ਹੀ ਜਿੰਨਾ ਕੁ ਹਥਿਆਰ ਸਾਰਿਆਂ ਕੋਲ ਹੈਗੇ ਸੀ ਬਾਕੀ ਰਿਵਾਲਵਰ ਵੀ ਦੋ ਕੁ ਤਿੰਨ ਵਿੱਚ ਰਫਲਾਂ ਹੈਗੀਆਂ ਉਹਨਾਂ ਕੋਲ ਵਿੱਚ ਅਤੇ ਕੱਟ ਕੇ ਫੈਰ ਫੂਰ ਚੱਲ ਗਏ ਇੰਨੇ ਚਿਰ ਨੂੰ ਬਸ ਅਸੀਂ ਤਾਂ ਵਹਿੰਦੇ ਰਹਿ ਗਏ ਬਣਿਆ ਕੀ ਆ ਅੱਠ ਕੁ ਜਣੇ ਸੱਤ ਅੱਠ ਜਣੇ ਹੋਣੇ ਮੇਰੇ ਖਿਆਲ ਦੋ ਗੱਡੀਆਂ ਨਹੀਂ ਨਹੀਂ ਪਹਿਲਾਂ ਕੁਛ ਚੰਗੇ ਭਲੇ ਇਹਨਾਂ ਨੇ ਕੁੰਦੇ ਬੋਲਦੇ ਆ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਇਹਨਾਂ ਨਾਲ ਖਾਂਦੇ ਪੀਂਦੇ ਜੋ ਵੀ ਆ ਕੁੰਦੇ ਬੋਲਦੇ ਸਭ ਕੁਛ ਅਤੇ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਚੱਲਦੀ ਕੁਛ ਹਾਂਜੀ ਇੰਨੀ ਘਰ ਵਿੱਚ ਇਹਨਾਂ ਦੀ ਗੋਲੀ ਲੱਗੀ ਆ ਬਸ ਦੋ ਕਤਲ ਕੀਤੇ ਸੀ ਉਹਨਾਂ ਚ ਬਰੀ ਹੋ ਗਏ ਆ ਤੇ ਕੋਈ ਹਥਿਆਰ ਜ਼ਬਤ ਨਹੀਂ ਉਹਨਾਂ ਦੇ ਕਰਦਾ ਉਹਨਾਂ ਨੇ ਹੁਣ ਵੀ ਇੱਕ ਦੋ ਛੱਬੀਆਂ ਛੁੱਬੀਆਂ ਤਿੰਨ ਚਾਰ ਪਰਚੇ ਤੇ ਹੁਣ ਵੀ ਉਹਨਾਂ ਦੇ ਹੋਏ ਆ ਮੇਰੇ ਖਿਆਲ ਚੱਲਣ ਵੀ ਡੇ ਆ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕੱਲ ਦੇਰ ਰਾਤ ਪਿੰਡ ਦਹੀਆ ਦੇ ਸਰਪੰਚ ਐਕਸ ਸਰਪੰਚ ਸਵਰਨ ਸਿੰਘ ਉਹਨਾਂ ਦਾ 6-7 ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ ਰਾਤ ਹੀ ਪੁਲਿਸ ਨੇ ਬਾਈ ਨੇਮ 7 ਆਦਮੀਆਂ ਦੇ ਖਿਲਾਫ 302 ਦੇ ਤਹਿਤ FIR 302 ਔਰ ਆਰਮਸ ਐਕਟ ਦੇ ਤਹਿਤ FIR ਰਜਿਸਟਰ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਸੱਤਾਂ 'ਚੋਂ ਤਿੰਨ ਮੁਲਜ਼ਮ ਅਸੀਂ ਫੜ ਲਏ ਬਾਕੀ ਸਾਰੇ ਮੁਲਜ਼ਮਾਂ ਨੂੰ ਰੇਡ ਕਰਨ ਲਈ ਵੱਖ ਵੱਖ ਪਾਰਟੀਆਂ ਅਫਸਰਾਂ ਦੇ ਤਹਿਤ ਬਣਾਈਆਂ ਗਈਆਂ ਹਨ ਔਰ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਸਾਰੇ ਮੁਕੱਦਮੇ ਦੀ ਤਫਤੀਸ਼ SP ਰੈਂਕ ਆਫਿਸਰ ਨੂੰ ਦਿੱਤੀ ਗਈ ਹੈ ਔਰ ਮੁਲਜ਼ਮਾਂ ਨੂੰ ਅਸੀਂ ਸਖ਼ਤ ਤੋਂ ਸਖ਼ਤ ਸਜ਼ਾ ਇਹਦੇ 'ਚ ਦੇਵਾਂਗੇ ਸ਼ੁਕਰੀਆ ਤਾਂ ਹੁਣ ਦੇਖਣਾ ਹੋਵੇਗਾ ਬਾਕੀ ਦੇ ਮੁਲਜ਼ਮਾਂ ਨੂੰ ਪੁਲਿਸ ਆਖਿਰਕਾਰ ਕਦੋਂ ਤੱਕ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਦੀ ਹੈ ਕੈਨਿਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ